ਪੰਜਾਬ ਪੁਲਿਸ ਦਾ ਵੱਖਰਾ ਉਪਰਾਲਾ। ਨਾਈਟ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਨੂੰ ਮਿਲੇਗੀ ਰਿਫਰੈਸ਼ਮੈਂਟ। ਚਾਹ ਕੌਫੀ ਸੂਪ ਦੇ ਨਾਲ ਦਿੱਤੇ ਜਾਣਗੇ ਉਬਲੇ ਹੋਏ ਅੰਡੇ। ਠੰਡ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਲਿਆ ਵੱਡਾ ਫੈਸਲਾ। ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਹੁਣ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਨਾਈਟ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਹੁਣ ਰਿਫਰੈਸ਼ਮੈਂਟ ਦਿੱਤੀ ਜਾਵੇਗੀ, ਜਿਸ ਦੇ ਵਿੱਚ ਚਾਹ ਕੌਫੀ ਸੂਪ ਦੇ ਨਾਲ ਨਾਲ ਉਬਲੇ ਹੋਏ ਅੰਡੇ ਦਿੱਤੇ ਜਾਣਗੇ। ਦੱਸ ਦਈਏ ਕਿ ਬਠਿੰਡਾ ਪੁਲਿਸ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਠੰਡ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਦੇ ਜਵਾਨ ਨੇ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਲੋਕਾਂ ਦੀ ਸੁਰੱਖਿਆ ਦੇ ਵਿੱਚ ਸੜਕਾਂ ਦੇ ਉੱਤੇ ਤੈਨਾਤ ਰਹਿੰਦੇ ਨੇ, ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਕਿਉਂ ਨਾ ਅਜਿਹੇ ਜਵਾਨਾਂ ਦੇ ਲਈ ਕੁਝ ਵੱਖਰਾ ਕੀਤਾ ਜਾਵੇ। ਤਾਂ ਦੱਸ ਦਈਏ ਕਿ ਬਠਿੰਡਾ ਦੇ SSP ਦੇ ਵੱਲੋਂ ਇਸ ਵੱਖਰੇ ਉਪਰਾਲੇ ਨੂੰ ਸ਼ੁਰੂ ਕੀਤਾ ਗਿਆ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਨਾਈਟ ਡਿਊਟੀ ਤੇ ਤੈਨਾਤ ਠੰਡ ਦੇ ਵਿੱਚ ਚਾਹ ਕੌਫੀ ਸੂਪ ਦੇ ਨਾਲ ਉਬਲੇ ਹੋਏ ਅੰਡੇ ਦਿੱਤੇ ਜਾਣਗੇ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਜੋ ਹਮਾਰੇ ਇਸ ਵਕਤ ਜੋ ਪੰਜਾਬ ਮੇਂ ਕਾਫੀ ਸਰਦੀ ਪੜ ਰਹੀ ਔਰ ਬਹੁਤ ਜ਼ਿਆਦਾ ਧੁੰਦ ਕੋਰਾ ਵਗੈਰਾ ਔਰ ਜੋ ਹਮਾਰਾ ਜੋ ਯੇ ਹਮਾਰਾ ਜੋ ਇਸ ਵਕਤ ਡਿਗਰੀ ਹੈ ਜੋ ਉਹ ਵੀ ਕਾਫੀ ਨੀਚੇ ਆ ਚੁੱਕੀ ਹੈ, ਠੰਡ ਬਹੁਤ ਜ਼ਿਆਦਾ ਹੈ। ਤੋ ਉਸਕੋ ਜੋ ਇਸਕੋ ਕਲਾਈਮੇਟ ਕੋ ਮੱਦੇ ਨਜ਼ਰ ਰੱਖਦੇ ਹੋਏ ਹਮਨੇ ਜੋ ਹਮਾਰੇ ਰਾਤ ਕੋ ਜਵਾਨਸ ਔਰ ਆਫਿਸਰਸ ਜੋ ਡਿਊਟੀ ਦੇ ਰਹੇ ਹੈ ਸੜਕੋਂ ਪੇ ਲੋਕੋਂ ਕੀ ਜਾਨ ਮਾਲ ਕੀ ਰਾਖੀ ਕਰ ਰਹੇ ਹੈ, ਉਨਕੀ ਐਨਰਜੀ ਕੋ ਬੂਸਟ ਕਰਨੇ ਕੇ ਲੀਏ ਤਾਂ ਕਿ ਇਤਨੀ ਠੰਡ ਮੇਂ ਉਹਨੇ ਸਾਰੀ ਰਾਤ ਸੜਕੋਂ ਪੇ ਰਹਿ ਕਰ ਸਾਰੇ ਡਿਸਟ੍ਰਿਕਟ ਮੇਂ ਉਹਨੇ ਪੈਟਰੋਲਿੰਗ ਵੀ ਕਰਨੀ ਹੈ, ਨਾਕਾਬੰਦੀ ਵੀ ਕਰਨੀ ਹੈ ਔਰ ਇਹ ਸਾਰੀ ਜੋ ਹੈ ਉਨਕੀ ਐਨਰਜੀ ਕੋ ਬੂਸਟ ਕਰਨੇ ਕੇ ਲੀਏ ਹਮਨੇ ਰਾਤ 11 ਵਜੇ ਸੇ ਲੇ ਕਰਕੇ ਸੁਬਹਾ 2 ਵਜੇ ਤੱਕ ਉਨਕੋ ਰਿਫਰੈਸ਼ਮੈਂਟ ਜੋ ਹੈ ਪ੍ਰੋਵਾਈਡ ਕਰਨੇ ਕਾ ਕਾਮ ਸ਼ੁਰੂ ਕੀਆ ਹੈ। ਇਸ ਰਿਫਰੈਸ਼ਮੈਂਟ ਮੇਂ ਹਮ ਗਰਮ ਕੌਫੀ, ਦੂਧ, ਕੇਸਰ ਵਗੈਰਾ ਡਾਲ ਕੇ ਸੂਪ, ਬੋਇਲਡ ਐਗਸ ਜੋ ਹੈ ਉਹ ਸਰਵ ਕਰ ਰਹੇ ਹੈ ਆਪਣੀ ਫੋਰਸ ਕੋ, ਤਾਂ ਕਿ ਉਹ ਇਤਨੀ ਜੋ ਹੈ ਜੋ ਇਤਨੀ ਜ਼ਿਆਦਾ ਸਰਦੀ ਹੈ ਔਰ ਦਿਸ ਇਸ ਚਿਲੀ ਵੈਦਰ ਔਰ ਇਸਮੇ ਜੋ ਹੈ ਆਦਮੀ ਕੋ ਖੜੇ ਹੋਣਾ ਰਾਤ ਕੋ ਇਤਨੀ ਸਰਦੀ ਮੇਂ ਵੀ ਮੁਸ਼ਕਿਲ ਹੈ, ਤੋ ਉਨਕਾ ਐਨਰਜੀ ਲੈਵਲ ਕਮ ਨਾ ਹੋ ਔਰ ਉਨਕਾ ਸਰੀਰ ਜੋ ਹੈ ਉਨਕੀ ਜੋ ਬੋਡੀ ਹੈ ਵੋ ਵਾਰਮ ਰਹਿ ਸਕੇ, ਹਮ ਉਨਕੋ ਜੋ ਗਰਮ ਲਿਕੁਇਡ ਜੋ ਹੈ ਡਾਇਟਸ ਔਰ ਜੋ ਸੋਇਲਰ ਡਾਇਟਸ ਵਗੈਰਾ ਹੈ ਉਹ ਸਰਵ ਕਰ ਰਹੇ ਹੈ ਆਧੀ ਰਾਤ ਕੇ ਸਮੇਂ ਮੇਂ, ਤਾਂ ਕਿ ਉਨਕਾ ਐਨਰਜੀ ਲੈਵਲ ਬੜੀਆ ਰਹੇ ਔਰ ਆਪਣੀ ਡਿਊਟੀ ਪੂਰੀ ਤਨਦੇਹੀ ਸੇ ਨਿਭਾ ਸਕੇ। ਸਭੀ ਸਾਰੇ ਡਿਸਟ੍ਰਿਕਟ ਮੇਂ ਇੰਟਾਇਰ ਡਿਸਟ੍ਰਿਕਟ ਮੇਂ ਇਹ ਚੱਲ ਰਿਹਾ ਹੈ ਔਰ ਇਹ ਟੋਟਲੀ ਹਮਾਰੇ ਜੋ ਵੈਲਫੇਅਰ ਫੰਡਸ ਹੈ ਵੋ ਹਮਨੇ ਐਲੋਕੇਟ ਕਰਵਾ ਕੇ DGP ਸਾਹਿਬ ਸੇ ਔਰ DGP ਸਾਹਿਬ ਹਮਾਰੇ ਬੜੇ ਲਿਬਰਲ ਹੈ, ਜਹਾਂ ਵੀ ਪੁਲਿਸ ਕੇ ਵੈਲਫੇਅਰ ਕਾ ਜੋ ਵੀ ਸਵਾਲ ਹੋਤਾ ਹੈ ਸੋ ਹੀ ਇਸ ਲਿਬਰਲ ਇਨ ਐਲੋਕੇਟਿੰਗ ਦੀ ਫੰਡਸ ਤੋਂ ਹਮਨੇ ਵੋ ਫੰਡਸ ਐਲੋਕੇਟ ਕਰਵਾ ਕੇ ਉਸ ਵੈਲਫੇਅਰ ਜੋ ਹਮਾਰੇ ਗਵਰਨਮੈਂਟ ਫੰਡਸ ਹੈ ਉਸੇ ਸਾਰਾ ਜੋ ਇਹ ਪਰਚੇਸ ਵਗੈਰਾ ਕਰਕੇ ਆਪਣੇ ਜਵਾਨਾਂ ਕੋ ਇਹ ਰਿਫਰੈਸ਼ਮੈਂਟ ਦੇ ਰਹੇ। ਹਾਂ ਸ਼ਿਫਟ ਵਾਈਜ਼ ਡਿਊਟੀ ਚਲਤੀ ਰਹਿਤੀ ਹੈ ਜੀ, ਹਮਾਰੇ ਜਵਾਨੋਂ ਕੀ ਸ਼ਿਫਟ ਵਾਈਜ਼ ਡਿਊਟੀ ਚਲਤੀ ਹੈ। ਰਾਤ ਕੋ ਜੋ ਹਮਾਰਾ ਨਾਈਟ ਪੁਲਿਸਿੰਗ ਸਿਸਟਮ ਹੈ ਉਸਮੇ ਡਿਸਟ੍ਰਿਕਟ ਮੇਂ ਜਿਤਨੇ ਵੀ GOs ਪੋਸਟਡ ਹੈ ਉਨਮੇਂ ਸੇ 2 ਜੋ ਹਮਾਰੇ ਗਜ਼ਟਡ ਅਫਸਰ ਹੈ ਰਾਤ 10 ਵਜੇ ਸੇ ਲੈ ਕੇ ਸੁਬਹਾ 4 ਵਜੇ ਤੱਕ ਬਾਹਰ ਫੀਲਡ ਮੇਂ ਰਹਿਤੇ,
तो वो दे टेक केयर अबाउट देयर वेलफेयर ऑफ जवान।